ਲੋ ਵੀ ਸਾਰਿਆਂ ਨੂੰ ਜੈ ਮਾਤਾ ਦੀ। ਤੇ ਕੱਲ ਤੋਂ ਨਰਾਤੇ ਸਟਾਰਟ ਹੈਗੇ ਆ ਤੇ ਆਪਾਂ ਦੇਖੋ ਮੰਦਿਰ ਦੀ ਆਪਾਂ ਪ੍ਰੋਪਰ ਡੈਕੋਰੇਸ਼ਨ ਕੀਤੀ ਆ। ਇੱਥੇ ਆਪਾਂ ਮਾਤਾ ਜੀ ਲੈ ਕੇ ਰੱਖਾਂਗੇ, ਠੀਕ ਹੈ। ਪ੍ਰੋਪਰ ਉਹਨਾਂ ਦੀ ਪੂਜਾ ਹੈਗੀ ਇਸ ਜਗ੍ਹਾ 'ਤੇ ਅਤੇ ਇਸ ਪੂਰੇ ਮਤਲਬ ਜਿੰਨੇ ਦਿਨ ਨਰਾਤੇ ਚੱਲਣਗੇ ਉਹਨਾਂ ਦਿਨ ਮੰਦਿਰ ਇੱਥੇ ਰਹੇਗਾ। ਅਤੇ ਅੱਜ ਰੋਜ਼ 'ਤੇ ਮੇਕਅਪ ਕਰਨਾ ਸੀ ਆਪਾਂ ਦੁਬਾਰਾ, ਅਤੇ ਸੈਟਅਪ ਲੱਗਦਾ ਪਿਆ ਵਾ ਮੇਕਅਪ ਦਾ, ਅਤੇ ਬਸ ਉਹ ਆਉਂਦੇ ਆ ਅਤੇ ਸਾਡੇ ਆਡੀਅੰਸ ਵੇਖ ਰਹੀ ਹੈ ਸੈਟਅਪ। ਸਾਰੇ ਸਾਡੇ ਆਡੀਅੰਸ ਬੈਠੇ ਹੋਏ ਅੱਜ, ਅਤੇ ਅੱਜ ਦਿਖਾਵਾਂਗੇ ਤੁਹਾਨੂੰ ਇੱਕ ਹੋਰ ਮੇਕਅਪ ਹੋਏਗਾ ਉਹਨਾਂ 'ਤੇ। ਲੋ ਵੀ ਜਿਨ੍ਹਾਂ ਦੀ ਵੇਟ ਹੁੰਦੀ ਸੀ, ਬੜੀ ਵੇਟ ਕਰਾਈ ਵੈਸੇ ਤੁਸੀਂ ਅੱਜ, ਦੋ ਘੰਟੇ ਲੇਟ ਹੋ ਗਏ ਤੁਸੀਂ। ਉਹ ਸਾਨੂੰ ਨਹੀਂ ਪਤਾ ਕਿੰਨੇ ਕਰਾਇਆ, ਪਰ ਤੁਸੀਂ ਆਹ ਵੀ ਮੈਮ ਜਾ ਰਹੇ ਆਏ ਆ, ਲੁਕਦੇ ਸਾਈਡ 'ਤੇ ਲੁਕਦੇ ਪਏ, ਵਿੱਚ ਨਹੀਂ ਆਉਂਦੇ, ਸਾਈਡ 'ਤੇ ਬੈਠੇ ਹੋਏ ਆ। ਸੋ ਗਾਈਸ, ਪਹਿਲਾਂ ਵੀ ਲੋਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਰਿਆਨੀ ਕੋਰਸ ਲੈ ਰਹੀ ਰੋਜ਼ ਜੀ ਦਾ ਕੀਤਾ ਸੀ, ਹੁਣ ਅੱਜ ਹੈ ਡੁਐਟ ਮਾਡਲਸ ਦੇ ਨਾਲ, ਮਤਲਬ ਇੱਕ ਰੋਜ਼ ਹੈ ਕਿਹਨੇ ਰੋਜ਼ ਹੈਲੋ ਕਰੋ ਇੱਕ ਵਲੋਗ 'ਚ ਨਾ ਵੀ। ਸੋ ਇੱਕ ਆਏ ਨੇ ਸੈਮ, ਠੀਕ ਹੈ। ਸੋ ਅੱਜ ਦੇ ਵਲੋਗ ਨੂੰ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰਕੇ ਦੱਸਿਓ ਕਿ ਸਭ ਤੋਂ ਜ਼ਿਆਦਾ ਆਊਟਸਟੈਂਡਿੰਗ ਲੁੱਕ ਕਿਹਦੀ ਲੱਗੀ। ਸੋ ਤੁਹਾਨੂੰ ਆਪਾਂ ਲੁੱਕ ਦੇ ਨਾਲ ਮਿਲਦੇ ਹਾਂ, ਹੁਣ ਆਪਾਂ ਮਤਲਬ ਸਾਰਾ ਕੁਛ ਕਰਦੇ ਹਾਂ, ਲੋਕੇਸ਼ਨ ਆਪਣਾ ਮਤਲਬ ਡਰੈਸ ਵਗੈਰਾ ਡਲਵਾਉਂਦੇ ਹਾਂ, ਦੋਨੇ ਮਾਡਲਸ ਨੂੰ ਤੁਹਾਨੂੰ ਮਿਲਦੇ ਹਾਂ ਅੱਗੇ। ਸੋ ਬਾਏ। ਇੱਥੇ ਸਰ ਜਵੈਲਰੀ ਨਹੀਂ ਡਿਸਾਈਡ ਕਰ ਪਾ ਰਹੇ, ਉਹ ਵੇਖੋ ਸਰ ਦਾ ਮੂੰਹ, ਸਰ ਕੀ ਹੋਇਆ ਆ, ਜਵੈਲਰੀ ਨਹੀਂ ਪਸੰਦ ਆਉਂਦੀ ਹੈ ਸਰ, ਪੂਰਾ ਐਂ ਸਾਰੇ ਫੋਲ ਮਾਰਿਆ ਵਾ, ਪਰ ਸਰ ਦੇ ਕੋਈ ਮਤਲਬ ਦਾ ਅੱਜ ਕੰਮ ਨਜ਼ਰ ਨਹੀਂ ਆਉਂਦਿਆ ਮੇਰੇ ਹਿਸਾਬ ਨਾਲ ਮੈਨੂੰ। ਸਾਡੇ ਕੋਲ ਬਹੁਤ ਜਵੈਲਰੀ ਹੈਗੀਆਂ, ਕਿਸੇ ਨੇ ਰੈਂਟ 'ਤੇ ਲੈਣੀ ਹੋਏਗੀ ਲੈ ਸਕਦਾ, ਵੇਖੋ ਵਿਖਾ। ਆਹ ਵੇਖੋ ਜਵੈਲਰੀ, ਸੋਹਣੀਆਂ ਸੋਹਣੀਆਂ ਜਵੈਲਰੀਆਂ ਵਾ, ਤੂੰ ਨਾ ਫੜ ਲੈ। ਨਹੀਂ ਮਿਲ ਸਕਦੀ ਕਿਉਂਕਿ ਇਹ ਬੁੱਕ ਹੈਗੀ ਆ, ਇਹ ਜਦੋਂ ਤੱਕ ਨੀਲਮ ਨਹੀਂ ਪਾਏਗੀ ਆਪਣੇ ਵਿਆਹ ਤੇ ਉਦੋਂ ਤੱਕ ਇਹ ਹਾਰ ਦੀ ਸ਼ੋਭਾ ਨਹੀਂ ਵਧੇਗੀ, ਇਹ ਉਦੋਂ ਹੀ ਪਏਗੀ ਫਿਰ ਸਾਰਿਆਂ ਨੂੰ ਮਿਲੇ, ਉਦੋਂ ਫਿਰ ਇਹਦਾ ਕੇਸ਼ਨ ਹੋਏਗਾ, ਮਤਲਬ ਇਹਨੂੰ ਆਪਾਂ ਬੋਲੀ ਲਗਾਵਾਂਗੇ ਇਹਦੀ, ਨਾ ਇਹਦਾ ਵਿਆਹ ਹੋਏਗਾ। ਇਹਨੂੰ ਤਾਂ ਆਪਣਾ ਹੀ ਸ਼ੌਕ ਪੈ ਜਾਂਦਾ ਆ, ਜਦੋਂ ਆਉਂਦੀ ਹਮੇਸ਼ਾ ਕੁਰਸੀ 'ਤੇ ਬਹਿੰਦੀ ਹੈ, ਇੱਕ ਤਾਂ ਆਉਂਦੀ ਵੀ ਬੜੀ ਲੇਟ, ਉੱਪਰ ਆਉਂਦੇ ਸਿੱਧਾ ਕੁਰਸੀ ਮਲ ਲੈਂਦੀ। ਤੂੰ ਵੀ ਕਰਾਉਣਾ ਆ ਹੈ, ਜਿਊਲਰੀ ਕੋ ਪਾਣ ਕੇ ਵੇਚਦੀ, ਕਦੀ ਚੂੜਾ ਪਾਉਣੀ ਆ, ਕਦੀ ਤੂੰ ਰਿੰਗ ਪਾਉਣੀ ਆ, ਇਹ ਪਤਾ ਨਹੀਂ ਕਿਹੜੀਆਂ ਸੋਚਾਂ 'ਤੇ ਪਿਆ ਹੈ, ਕੀ ਆ ਸੂਰਜ ਕੀ ਸੋਚਣ ਆ, ਹੈ ਕੁਛ ਤਾਂ ਸੋਚਣ ਆ ਮੈਂ। ਅਤੇ ਸ਼ੁਰੂ ਕਰਤਾ ਹੈ ਆਪਾਂ ਇੱਕ ਸਾਈਡ ਰੈਂਸਰ, ਇੱਥੇ ਟੈਂਪਰੇਰੀ ਨੇਲ ਐਕਸਟੈਂਸ਼ਨ ਕਰਨ ਦੇ ਇਹਨਾਂ ਦੇ, ਹੱਸਦੇ ਹੋਏ। ਅਤੇ ਦੂਜੀ ਸਾਈਡ ਰਿਆਂਸਰ ਹੇਅਰ ਡੂ ਕਰਨ ਲੱਗੇ ਆ, ਅਦੇ ਇਕੱਲੇ ਹੀ ਖਲੋਤੇ ਸਰ, ਕੀ ਹੇਅਰ ਡੂ ਕਰਨ ਲੱਗੇ ਹੋ ਰਿਆਂਸਰ, ਕੀ ਹੇਅਰ ਡੂ ਕਰਨ ਲੱਗੇ? ਫੋਟੋਗ੍ਰਾਫਰ ਸਾਹਿਬ ਆ ਗਏ ਨੇ, ਕੀ ਹਾਲ ਜੇ, ਅੱਜ ਜਲਦੀ ਆ ਗਏ ਅੱਜ? ਅੱਛਾ ਅੱਛਾ ਅੱਛਾ, ਕੀ ਬਣਿਆ ਫਿਰ ਕੈਮਰੇ ਦੇ ਲੈਂਸ ਦਾ ਪਤਾ ਲੱਗਾ ਕੁਛ? ਅੱਛਾ ਠੀਕ ਹੈ, ਬਿਜ਼ੀ ਹੈਗੇ ਹਲੇ। ਨੇਲ ਐਕਸਟੈਂਸ਼ਨ ਹੋ ਚੁੱਕੀ ਹੋਈ ਹੈ, ਖਾਂਚੇ ਹੋ ਚੁੱਕੇ, ਦਿਖਾਇਓ, ਸੋਹਣੀ ਲੱਗਣ ਦੀ। ਅਤੇ ਇੱਕ ਪਾਸੇ ਨੀਲਮ ਮੈਮ ਕਰਨ ਦੇ ਸਾਡੇ, ਅਤੇ ਉੱਧਰ ਸਾਈਡ ਰਿਆਂਸਰ ਅਤੇ ਰਿਆਂਸਰ ਇਹਨਾਂ ਦੇ ਕਰਨ ਦੇ ਆ ਨੇਲ ਐਕਸਟੈਂਸ਼ਨ, ਆਹ ਵੇਖਣ ਦੇ ਬਸ। ਇੱਕ ਵਾਰੀ ਫਿਰ ਕਿਉਂ, ਕੀ ਕਹਿੰਦੇ ਆ, ਨਾਲ ਹੀ ਲੈ ਜਾਓ ਅੱਜ, ਹਾਂ ਚੱਲ ਚੱਲ ਫਿਰ ਨਾ, ਕੋਈ ਗੱਲ ਨਹੀਂ, ਉੱਠਣ ਨਹੀਂ ਦੇ ਤੁਸੀਂ ਯਾਰ, ਔਰ ਛੂਟ ਵਾਸਤੇ ਤਿਆਰ ਹੈਗੇ ਤੁਸੀਂ, ਉੱਠਣ ਨਹੀਂ ਦੇ ਤੁਸੀਂ, ਬੈਠੇ ਹੋਏ ਇੱਥੇ ਬੈਠੇ ਬੈਠੇ ਕਰ ਦੇਣਾ ਛੂਟ। ਅੱਛਾ ਠੀਕ ਹੈ, ਉੱਠ ਜਾਓ ਉੱਠ ਜਾਓ, ਉੱਠ ਗਏ ਬਲੋ ਲੈ ਦੇ ਹੱਥ, ਤੁਸੀਂ ਤੁਹਾਨੂੰ ਫੇਮਸ ਨਹੀਂ ਕਰਨਾ। ਅੱਛਾ ਅਤੇ ਹੁਣ ਬਿਫੋਰ ਵੀਡੀਓ ਵਾਸਤੇ ਚੂੜਾ ਪਵਾਉਂਦੇ ਨਾ, ਇਹਨਾਂ ਦੇ ਨੇਲ ਐਕਸਟੈਂਸ਼ਨ ਕੰਪਲੀਟ ਹੋ ਚੁੱਕੇ ਆ, ਬਸ ਹੁਣ ਕਿਓਰ ਕਰਨ ਦੇ ਆ। ਨੇਲ ਐਕਸਟੈਂਸ਼ਨ ਲਗਾਉਣ ਤੋਂ ਬਾਅਦ ਹੁਣ ਨੀਸ਼ਾ ਇਹਨਾਂ ਦੇ ਮਹਿੰਦੀ ਲਗਾ ਰਹੀ ਹੈ, ਦੋਨੋਂ ਹੈਂਡਸ 'ਤੇ ਲੱਗੇਗੀ ਮਹਿੰਦੀ, ਫਿਰ ਉਹਨਾਂ ਦਿਖਾਉਂਦੇ ਲਾਸਟ 'ਤੇ ਮਹਿੰਦੀ ਵੀ, ਦੇਖਿਓ ਦੱਸਿਓ ਕਿੱਦਾਂ ਦੀ ਲੱਗੀ ਹੈ। ਅਤੇ ਨੇਲ ਦਿਖਾਉਣਾ, ਦੇਖੋ ਨੇਲ ਸੋਹਣੇ ਹੋਏ, ਜ਼ਰੂਰ ਜ਼ਰੂਰ। ਅਤੇ ਬਿਫੋਰ ਵੀਡੀਓ ਦਾ ਸ਼ੂਟ ਹੋਣ ਦਿਆ ਵਾ,
ਕੈਮਰਾਮੈਨ ਪਰ ਇੱਥੇ ਹੀ ਵਿਹਲੇ ਖਲੋਤੇ ਪਰ ਕਰਨ ਦੇ ਨਹੀਂ ਤੁਸੀਂ ਸ਼ੂਟ ਮਾਰ ਕਰ ਰਹੀ ਹੈ ਰੋਡ ਤੇ ਚਲੋ ਚਲਾਓ ਚਲੀਏ ਲਾਈਟ ਨਹੀਂ ਏਸੀ ਦੇ ਅੱਗੇ ਬਹਿ ਗਿਆ ਮੈਂ ਸਾਰੀਆਂ ਬੰਦੇ ਤੂੰ ਰੁਕੀ ਹੋਈ ਸੀ ਸਾਈਡ ਤੇ ਹੋ ਮਾਮਾ ਉੱਧਰ ਵੀ ਆ ਜਾ ਲੈਂਦੇ ਥੋੜ੍ਹੀ ਬਤੀ ਉੱਠਦਾ ਹੀ ਨਹੀਂ ਤੇ ਬਿਫੋਰ ਸ਼ੂਟ ਤੋਂ ਬਾਅਦ ਹੁਣ ਇਹਨਾਂ ਨੂੰ ਚੇਅਰ 'ਤੇ ਬਿਠਾਤਾ ਅਤੇ ਹੁਣ ਲੈਂਸ ਪਵਾਉਂਦੇ ਇਸ ਤੋਂ ਬਾਅਦ ਮੇਕਅਪ ਸ਼ੁਰੂ ਹੋਏਗਾ ਤੁਹਾਨੂੰ ਐਂਡ 'ਤੇ ਦਿਖਾਵਾਂਗੇ ਫੁੱਲ ਲੁੱਕ ਇਹ ਤਾਂ ਖੁਸ਼ ਹੈਗੇ ਇਹ ਵੀ ਬੜਾ ਖੁਸ਼ ਹੈਗੇ ਹੱਸਾ ਹੀ ਜਾਂਦੇ ਆ ਵੇਖ ਕੇ ਕਿਸ ਗੱਲ ਤੋਂ ਅੱਛਾ ਠੀਕ ਮੇਕਅਪ ਸਟਾਰਟ ਕਰਤਾ ਸਰ ਨੇ ਸਕਿਨ ਪ੍ਰੈਪ ਕਰਨ ਦੇ ਆ ਅਤੇ ਉੱਧਰ ਐਸ ਪੀ ਥਰੈਡਿੰਗ ਕਰਾਉਂਦੀ ਆ ਕਿੰਨਾ ਕੋਲੋਂ ਤਾਰੀਫ ਕੀਤੀ ਆ ਭਾਈ ਹੁਣਾਂ ਦੀਆਂ ਹੀ ਕਿ ਅਸੀਂ ਆ ਵੀ ਬਹਿ ਗਏ ਅੱਗੇ ਆ ਕਿ ਆ ਥਰੈਡਿੰਗ ਕਰਾਣੀ ਫੋਰਹੈਡ ਕਰੋ ਫੋਰਹੈਡ ਪਹਿਲਾਂ ਐਕਸ਼ਨ ਦੇ ਬਿੱਟੋ ਮਸ਼ਾ ਹੈ ਓਏ ਪੂਰੀ ਸਵੀਟੋ ਸਵੀਟ ਕੰਮ ਹੋ ਰਿਹਾ ਹੈ ਜੋ ਵੀ ਸੀ ਟੀ ਐਮ ਕਰਨ ਤੋਂ ਬਾਅਦ ਆਪਾਂ ਆਈ ਮੇਕਅਪ ਸਟਾਰਟ ਕਰਤਾ ਆ ਅਤੇ ਦੇਖੋ ਤੁਸੀਂ ਅੱਜ ਹੈਲਪਰ ਸਾਡੇ ਵਿਸ਼ਾਲ ਜੀ ਹੈਗੇ ਨੇ ਠੀਕ ਆ ਅਤੇ ਨੀਲਮ ਜੀ ਤੁਹਾਨੂੰ ਪਤਾ ਪਰਮਾਨੈਂਟ ਜੋਬ ਜਿਹੜੀ ਤੇ ਮਿਲੀ ਹੋਈ ਨਾਲ ਸਮਾਨ ਫੜਾਉਣ ਦੀ ਉਹ ਪੱਕੀ ਲੱਗੀ ਹੋਈ ਇਹਨਾਂ ਦੀ ਨੀਲਮ ਚਿੱਟੀ ਬੜੀ ਆਉਣੀ ਕੀ ਗੱਲ ਆ ਹੈ ਠੀਕ ਆ ਠੀਕ ਆ ਇੱਕ ਹੱਥ 'ਚ ਮਹਿੰਦੀ ਲੱਗ ਚੁੱਕੀ ਹੋਈ ਆ ਖਾਇਓ ਮਹਿੰਦੀ ਸੋਹਣੀ ਲੱਗਦੀ ਅਤੇ ਇੱਕ ਹੱਥ ਲਾਉਂਦੀ ਹੈ ਨਿਸ਼ਾ ਹੋਲੀ ਬੜੀ ਲਾਉਂਦੀ ਹੈ ਇਹ ਸਾਡੇ ਫੋਟੋਗ੍ਰਾਫਰ ਸਾਹਿਬ ਆਈ ਮੇਕਅਪ ਕੰਪਲੀਟ ਹੋ ਚੁੱਕਿਆ ਹੈ ਆਈ ਲੈਸ਼ਿਸ ਰਹਿ ਗਈ ਬਸ ਉਸ ਤੋਂ ਬਾਅਦ ਫਿਰ ਬੇਸ ਸ਼ੁਰੂ ਹੋਏਗਾ ਅਤੇ ਐਂਡ 'ਤੇ ਤੁਹਾਨੂੰ ਫੁੱਲ ਲੁੱਕ ਦਿਖਾਉਂਦੇ ਹਾਂ ਕਿੱਦਾਂ ਦੀ ਹੋਏਗੀ ਲੁੱਕ ਆਈ ਮੇਕਅਪ ਡਨ ਹੋਣ ਤੋਂ ਬਾਅਦ ਹੁਣ ਬੇਸ ਸ਼ੁਰੂ ਕਰਤਾ ਹੈ ਐਂਡ 'ਤੇ ਤੁਹਾਨੂੰ ਦਿਖਾਉਂਦੇ ਹਾਂ ਫੁੱਲ ਲੁੱਕ ਹੇਅਰ ਡੂ ਦੇ ਨਾਲ ਇਹ ਬੱਚੇ ਵੇਖਣ ਦੇ ਨਾ ਕੈਮਰਾ ਪੈਨ ਭਾਈ ਵੀ ਅੱਜ ਵੇਖਣਦੇ ਆ ਉਹਨਾਂ ਕੈਮਰਾ ਨਹੀਂ ਸੈੱਟ ਹੁੰਦੇ ਕਦੋਂ ਤਾਂ ਖਲੋਤੇ ਆ ਵੀ ਫੋਰ ਵੀਡੀਓ ਬਣਾਉਣ ਵਾਸਤੇ ਤਾਂ ਕੈਮਰਾ ਨਹੀਂ ਸੈੱਟ ਉਹਨਾਂ ਦੇ ਸਰ ਮੇਕਅਪ ਕਰਨ ਦੇ ਆ ਅਤੇ ਇੱਥੇ ਬਿਫੋਰ ਵੀਡੀਓ ਸ਼ੂਟ ਹੁੰਦੀ ਆ ਅਤੇ ਦਿਖਾਉਂਦੇ ਤੁਹਾਨੂੰ ਇੱਧਰ ਮੇਕਅਪ ਆਲਮੋਸਟ ਡਨ ਹੋ ਗਿਆ ਬਸ ਸਲੀਪਰ ਰਹਿ ਗਿਆ ਅਤੇ ਇੱਧਰਲੀ ਸਾਈਡ ਬਿਫੋਰ ਵੀਡੀਓ ਦੀ ਤਿਆਰੀ ਹੋਣ ਦੀ ਆ ਮਤਲਬ ਤਿੰਨ ਚਾਰ ਵੀਡੀਓਜ਼ ਬਣਾ ਲਈਆਂ ਬਾਕੀ ਹੁਣ ਬਣਾਉਂਦੇ ਵੇ ਇੱਕ ਅੱਧੀ ਵੀਡੀਓ ਰਹਿ ਗਈ ਆ ਅਤੇ ਬਾਕੀ ਸਾਰੇ ਦੇਖਦੇ ਪਏ ਆ ਉੱਧਰਲੀ ਸਾਈਡ ਜਿਹੜਾ ਸੂਰਜ ਅੱਡਾ ਹੈਡ ਵਾਸ਼ ਕਰ ਰਿਹਾ ਸ਼ੁਕਰ ਆ ਕਿ ਇਹਨੇ ਕੋਈ ਕੰਮ ਕੀਤਾ ਇੱਥੇ ਆ ਕੇ ਬਾਕੀ ਸਾਰੇ ਤੁਸੀਂ ਵੇਖੋ ਬਾਕੀ ਲਾਈਕ ਹੀ ਨਹੀਂ ਕਰਦਾ ਅੱਛਾ ਠੀਕ ਆ ਇਹਨਾਂ ਦੇ ਜ਼ਰੂਰ ਸੁਣਿਆ ਸਾਰੇ ਜਾਣੇ ਠੀਕ ਆ ਬਾਕੀ ਲਾਈਕ ਨਹੀਂ ਕਰਦਾ ਲਾਈਕ ਦੈਟ ਓਕੇ ਠੀਕ ਆ ਆ ਕੀ ਕਹਿ ਗਏ ਆ ਸੀ ਨੀਲਮ ਨੀਲਮ ਲੱਗੀ ਤੈਨੂੰ ਸਮਝ ਸਾਰੇ ਹੱਸਣ ਦੇ ਤੈਨੂੰ ਸਮਝ ਲੱਗੀ ਪਹਿਲਾਂ ਦੱਸ ਮੈਨੂੰ ਮੇਕਅਪ ਕੰਪਲੀਟ ਹੋ ਗਿਆ ਅਤੇ ਹੁਣ ਵਿਗ ਲੱਗ ਰਹੀ ਆ ਦੇਖੋ ਅਤੇ ਇੱਧਰਲੀ ਸਾਈਡ ਇਹਨਾਂ ਦਾ ਮੇਕਅਪ ਸਟਾਰਟ ਕਰਤਾ ਆ ਦੇਖੋ ਅਤੇ ਹੈਲਪਰ ਸਾਡੀ ਫਿਰ ਉਹ ਨੀਲਮ ਜੀ ਅਤੇ ਆ ਸਾਰੇ ਵੇਖ ਰਹੇ ਆ ਨਾਲ ਨਾਲ ਅਤੇ ਆ ਜਾਓ ਯਾਰ ਕੋਈ ਇਹਨੇ ਹੈਲਪ ਕਰਾ ਦਿਓ ਇਹਨਾਂ ਦੀ ਵਿਚਾਰੇ ਕਲਪਨ ਦੇ ਦੇਖੋ ਕਿੱਦਾਂ ਵਿਕ ਲੱਗਦੀ ਪਈ ਹੈ ਦੱਸੋ ਸਾਰੇ ਕਿੱਦਾਂ ਦਾ ਮੇਕਅਪ ਲੱਗਾ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇੱਧਰ ਪਵਨ ਸਟੇਟ ਬਰੋਡ ਯਾਰ ਕਰਦਾ ਪਿਆ ਇਹਨਾਂ ਦੇ ਅਤੇ ਇੱਧਰ ਇਹ ਰੈਡੀ ਹੋਣਦੇ ਇਹ ਤਾਂ ਬੰਦੇ ਦੱਸਣਗੇ ਕਮੈਂਟ ਕਰਕੇ ਸਾਰੇ ਜਾਣੇ ਜਿਹੜੇ ਵੇਖਦੇ ਪਏ ਕਿ ਕਿੱਦਾਂ ਦੇ ਲੱਗਦੇ ਪਏ ਦੱਸੋ ਇਹਨਾਂ ਦੀ ਲੁੱਕ ਆਹ ਵੇਖੋ ਕੌਣ ਕਹਿਣ ਦਿਆ ਇਹਨਾਂ ਦਾ ਮੇਕਅਪ ਡਨ ਆ ਆਊਟਫਿਟ ਵੀ ਡਨ ਆ ਪੂਰੀ ਅਤੇ ਭਾਅ ਜੀ ਨੇ ਸ਼ੂਟ ਕਰ ਰਹੇ ਆ ਆਫਟਰ ਵਾਲੀ ਵੀਡੀਓਜ਼ ਦਾ ਅਤੇ ਇੱਧਰਲੀ ਸਾਈਡ ਮੇਕਅਪ ਕੰਪਲੀਟ ਆ ਆਈ ਮੇਕਅਪ ਕੰਪਲੀਟ ਹੋ ਗਿਆ ਵਾ ਅਤੇ ਉਸ ਤੋਂ ਬਾਅਦ ਬੇਸ ਦੀ ਹੁਣ ਤਿਆਰੀ ਕਰਨਗੇ ਬੇਸ ਆਈ ਮੇਕਅਪ ਆਲਮੋਸਟ ਕੰਪਲੀਟ ਆ ਆਹ ਦੇਖੋ ਲਿਪਸ ਖਰਾਬ ਕਰਤੇ ਇਹਨਾਂ ਨੇ ਆਹ ਵੇਖ ਲਓ ਤੁਸੀਂ ਖਰਾਬ ਕਰਤੇ ਜੇ ਇੱਧਰ ਇਹਨਾਂ ਦਾ ਫੋਟੋ ਸ਼ੂਟ ਹੁੰਦੇ ਆ ਭਾਅ ਜੀ ਨਹੀਂ ਥੱਕੇ ਥੱਕੇ ਲੱਗਦੇ ਪਏ ਭਰਾ ਕਿਉਂ ਕੀ ਕਰਦੇ ਪਏ ਅੱਜ ਥੱਕੇ ਕਿਉਂ ਲੱਗਦੇ ਤਬੀਅਤ ਨਹੀਂ ਠੀਕ ਤਾਂ ਤੁਸੀਂ ਫੋਟੋ 'ਤੇ ਘੈਂਟ ਖਿੱਚੋ ਫਿਰ ਦਵਾਈ ਖਵਾ ਦਈਏ ਮੇਕਅਪ ਆਲਮੋਸਟ ਕੰਪਲੀਟ ਹੋ ਗਿਆ ਬਸ ਸਲੀਪਰ ਰਹਿ ਗਿਆ ਲਾਸਟ 'ਤੇ ਦੇਖੋ ਲੁੱਕ
ਉਦੋਂ ਨਾਲ ਕਮੈਂਟ ਜ਼ਰੂਰ ਕਰਿਓ ਕਿ ਉਦੋਂ ਲੁੱਕ ਜ਼ਿਆਦਾ ਵਧੀਆ ਹੋਈ ਕਿ ਅੱਜ ਲੁੱਕ ਜ਼ਿਆਦਾ ਵਧੀਆ ਹੋਈ, ਠੀਕ ਆ? ਸਾਰੇ ਜ਼ਰੂਰ ਦੇਖਿਓ, ਉਦੋਂ ਵਾਲੀ ਲੁੱਕ ਵੀ ਦੇਖਿਓ ਅਤੇ ਅੱਜ ਵਾਲੀ ਲੁੱਕ ਵੀ ਦੇਖਿਓ ਅਤੇ ਇਹਨਾਂ ਦਾ ਫੋਟੋ ਸ਼ੂਟ ਚੱਲਦਾ ਪਿਆ, ਫੋਟੋਜ਼ ਖਿੱਚ ਲਈਆਂ ਵਾ, ਬਸ ਵੀਡੀਓ ਸ਼ੂਟ ਕਰ ਚੱਲਦਾ ਪਿਆ ਅਤੇ ਆਹ ਦੇਖੋ ਸਾਡਾ ਕੈਮਰਾਮੈਨ ਦੇ ਨਾਲ ਭਾਜੀ ਜਿਹੜੇ ਉਹਦੇ ਨਾਲ, ਇਹਨੂੰ ਨਾਲ ਹੀ ਭੇਜ ਦੇਣਾ ਆਪਾਂ ਅੱਜ ਨੂੰ ਮੋਟੇ ਨੂੰ, ਇੱਥੇ ਕੰਮ ਕੁੰਮ ਤਾਂ ਕਰਦਾ ਨਹੀਂ ਕੋਈ ਹੈਗਾ, ਲੱਟਾਂ ਲੋਟਾਂ ਫੜਿਆ ਕਰੂਗਾ ਵਿਆਹਾਂ 'ਚ ਆ ਕੇ, ਠੀਕ ਹੈ ਨਾ? ਤੂੰ ਨਾ ਹੱਸ, ਤੈਨੂੰ ਵੀ ਨਾਲ ਭੇਜ ਦੇਣਾ ਵਾ, ਠੀਕ? ਮੇਕਅਪ ਆਲਮੋਸਟ ਕੰਪਲੀਟ ਆ, ਬਸ ਲਿਪਰ ਰਹਿ ਗਿਆ ਲਾਸਟ 'ਤੇ ਅਤੇ ਤੁਹਾਨੂੰ ਦਿਖਾਉਂਦੇ ਲਾਸਟ ਲੁੱਕ। ਮੇਕਅਪ ਹੋਣ ਤੋਂ ਬਾਅਦ ਹੁਣ ਲਿਪਰ ਵੀ ਲੱਗ ਗਿਆ ਅਤੇ ਆਹ ਫੁੱਲ ਹੈਗਾ ਮੇਕਅਪ ਫੇਸ ਦਾ, ਤੁਹਾਨੂੰ ਆਪਾਂ ਫੁੱਲ ਡਰੈਸ ਦੇ ਨਾਲ ਵੇਅਰ ਕਰਾ ਕੇ ਦਿਖਾਵਾਂਗੇ ਮੇਕਅਪ ਕਿੱਦਾਂ ਦਾ। ਅਤੇ ਸਾਰੇ ਜਾਣੇ ਕਮੈਂਟ ਜ਼ਰੂਰ ਕਰਨਾ ਅਤੇ ਦੱਸਿਓ ਕਿ ਤੁਹਾਨੂੰ ਜਿਹੜਾ ਪਿਛਲਾ ਮੇਕਅਪ ਇਹਨਾਂ ਦੇ ਕੀਤਾ ਸੀ ਉਹ ਵਧੀਆ ਲੱਗਾ ਜਾਂ ਜਿਹੜਾ ਹੁਣ ਕੀਤਾ ਇਹ ਵਾਲਾ ਵਧੀਆ ਲੱਗਾ। ਮੇਕਅਪ ਤੋਂ ਬਾਅਦ ਹੁਣ ਹੇਡੂ ਹੋਣ ਦਿਆ, ਹੇਡੂ ਪਹਿਲਾਂ ਕੀਤਾ ਸੀ, ਬਸ ਥੋੜ੍ਹੀ ਅਸੈਸਰੀ ਵਗੈਰਾ ਲਗਾਉਣ ਦੇ ਹੁਣ, ਆਹ ਦੇਖੋ ਅਤੇ ਜਵੈਲਰੀ ਵਗੈਰਾ ਵੇਅਰ ਕਰਾ ਦਿੱਤੀ ਆ। ਆਹ ਲਹਿੰਗਾ ਆ ਦੇਖੋ ਜਿਹੜਾ ਉਹਨਾਂ ਨੇ ਵੇਅਰ ਕਰਨਾ ਹੁਣ, ਤੁਹਾਨੂੰ ਵੇਅਰ ਕਰਾ ਕੇ ਦਿਖਾਉਂਦੇ ਫੁੱਲ ਲੁੱਕ ਲਹਿੰਗੇ ਦੇ ਨਾਲ ਉਹਨਾਂ ਦੀ। ਮੇਕਅਪ ਦੇ ਵੀ ਦੱਸਿਓ ਫਿਰ ਕਿੱਦਾਂ ਦਾ ਲੱਗਾ ਮੇਕਅਪ। ਸਾਗ ਜਿਹੜਾ ਤੁਹਾਨੂੰ ਸਾਗ ਜਿਹੜਿਆ ਤੁਹਾਨੂੰ ਪਹਿਲਾਂ, ਪਵਨ ਤੈਨੂੰ ਵੀ ਜਿਹੜਿਆ ਲੱਗਦਾ। ਆਹ ਵੇਖੋ ਸੰਦੂਰ ਭਰਦੇ ਪਏ ਆ। ਹੁਣ ਇਹਨਾਂ ਦਾ ਚੂੜਾ ਵੇਅਰ ਕਰਾਉਂਦੇ ਸਰ, ਪੂਰਾ ਖੁਸ਼ ਹੈਗੇ ਪੂਰੇ ਸਰ। ਤੇ ਸੰਦੂਰ ਕਿਉਂ ਨਹੀਂ ਭਰਿਆ ਇਹਨਾਂ ਦੇ, ਸੰਦੂਰ ਕਿਉਂ ਨਹੀਂ ਭਰਿਆ? ਆਹ ਵੇਖ ਲਓ ਨੀਲ ਕੋ ਭਰਾ ਦੀਏ ਆਹ ਦੇਖੋ ਫੁੱਲ ਲੁੱਕ ਡਰੈਸ ਦੇ ਨਾਲ ਤੇ ਦੱਸੋ ਤੁਹਾਨੂੰ ਮੇਕਅਪ ਕਿੱਦਾਂ ਦਾ ਲੱਗਾ। ਆ ਕਲੋਜ਼ ਤੋਂ ਦੇਖੋ ਤੇ ਆ ਫੁੱਲ ਲੁੱਕ ਆ। ਫੋਟੋ ਸ਼ੂਟ ਹੋਣਾ ਸਟਾਰਟ ਕਰਤਾ ਆ, ਆ ਭਾਜੀ ਨੇ ਫੋਟੋ ਸ਼ੂਟ ਕਰ ਰਹੇ ਭਾਜੀ, ਵਧੀਆ ਵਧੀਆ ਫੋਟੋ ਖਿੱਚਣੀਆਂ ਜਾਣ, ਠੀਕ ਆ? ਵਧੀਆ ਜੀ ਫੋਟੋ ਖਿੱਚਣੀਆਂ ਚਾਹੀਦੀਆਂ ਏ, ਪਹਿਲਾਂ ਤੁਸੀਂ ਨਹੀਂ ਸਹੀ ਖਿੱਚੀਆਂ, ਹਾਂ ਵਧੀਆ ਖਿੱਚਣੀਆਂ ਏ। ਦੋ ਮੁੰਡੇ ਤੁਹਾਡੇ ਨਾਲ ਲਾਤੇ ਜੇ ਤੇ ਹੁਣ ਫੋਟੋ ਵਧੀਆ ਆਣੀ ਚਾਹੀਦੀ ਹੈ। ਛੋੜਤੀ ਲਾਈਟ ਇਹਨੇ ਬਣਿਆ, ਉਹ ਭਾਜੀ ਹੁਣੀ ਆ ਰਹੇ ਆ, ਇੱਧਰ ਦੇਖੋ ਇੱਧਰ ਮਾਡਲ। ਆਹ ਵੇਖੋ ਦੋ ਹੀਰਾਂ ਦਾ ਇੱਕ ਰਾਂਝਾ, ਰਾਂਝਾ ਜਿਹੜਾ ਗੋਹ ਆਇਆ ਹੋਇਆ ਇਸ ਟਾਈਮ। ਇੱਧਰ ਫੋਟੋ ਸ਼ੂਟ ਹੋ ਰਿਹਾ ਇਹਨਾਂ ਦਾ ਵੀ ਦੇਖੋ, ਇਹਨਾਂ ਦਾ ਵੀਡੀਓ ਸ਼ੂਟ ਹੋਣ ਦਿਆ ਵਾ। ਫੋਟੋ ਸ਼ੂਟ ਹੋ ਗਿਆ, ਫੋਟੋ ਸੋਹਣੀਆਂ ਆਈਆਂ ਤੇ ਹੁਣ ਵੀਡੀਓ ਸ਼ੂਟ ਕਰਦੇ ਪਏ ਆ। ਅਤੇ ਇੱਧਰਲੀ ਸਾਈਡ ਆ ਭਾਜੀ ਹੁਣੀ ਗਰੂ ਮੇਕਅਪ ਕਰਾਉਣ ਲੱਗੇ ਆ, ਉਹ ਵੀ ਸੂਰਜ ਦੇ ਉੱਥੋਂ, ਸੂਰਜ ਹੁਣੀ ਗਰੂ ਮੇਕਅਪ ਕਰਨਗੇ ਅੱਜ। ਭਾਜੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਮੈਨੂੰ ਬੜਾ ਗੁੱਡ ਮਹਿਸੂਸ ਹੋ ਰਿਹਾ। ਐਂ ਸੂਰਜ, ਸੂਰਜ ਵਧੀਆ ਕਰੀ ਭਾਈ ਦਾ ਗਰੂ ਮੇਕਅਪ। ਸੂਰਜ ਭਾਜੀ ਜਿਹੜੇ ਮੇਕਅਪ ਕਰ ਰਹੇ ਆ, ਗਰੂ ਮੇਕਅਪ ਹੋਣ ਦਿਆ ਇੱਥੇ ਅਤੇ ਇੱਧਰ ਵੀਡੀਓ ਸ਼ੂਟ ਕਰਦੇ ਪਏ ਆ। ਭਾਜੀ ਹੈ ਕਿ ਮੇਕਅਪ ਬੜਾ ਸੋਹਣਾ ਹੋਇਆ ਤੁਹਾਡੇ ਦੇ। ਸੂਰਜ ਹੋਣਾ ਨੇ ਮੇਕਅਪ ਬੜਾ ਸੋਹਣਾ ਕੀਤਾ ਗਰੂਮ। ਆਹ ਵੇਖੋ ਇਹ ਅਸਲੀ ਟੋਨ ਆ, ਇੱਧਰ ਦੇਖੋ ਐਨਕਾਂ ਲਓ, ਐਨਕਾਂ ਲਓ, ਐਨਕਾਂ ਲਓ। ਓ ਦੇਖੋ ਫੋਟੋ ਵੀਡੀਓ ਸ਼ੂਟ ਹੋਣ ਤੋਂ ਬਾਅਦ ਹੁਣ ਸਰ ਆਪਣੇ ਨਾਲ ਸ਼ੂਟ ਕਰਾਉਂਦੇ ਆ ਵੀਡੀਓ ਦੀ, ਸਰ ਦੇ ਨਾਲ ਵੀਡੀਓ ਬਣਦੀਆਂ ਪਈਆਂ ਨਾਲ ਇਹਨਾਂ ਦੇ। ਸ਼ੂਟ ਵਗੈਰਾ ਸਭ ਕੁਛ ਡਨ ਹੋਣ ਤੋਂ ਬਾਅਦ ਹੁਣ ਮੇਕਅਪ ਰਿਮੂਵ ਕਰਨ ਦੇ ਸਾਰੇ ਜਣੇ ਮਿਲ ਕੇ, ਇਹ ਵਿਹਲੇ ਖਲੋਤੇ ਬਸ ਫੋਨ 'ਤੇ ਗੱਲ ਕਰਨ ਦੇ ਆ। ਸਭ ਤੋਂ ਤਾਂ ਖੁਸ਼ ਤਾਂ ਹੈਗੇ ਆ,
ਗੋ ਵਾਲੇ ਭਾਜੀ ਗੋਆ 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 ਸ਼ਹਿਰ ਸੂਰਜ ਕਿੱਥੇ ਗਿਆ ਸੂਰਜ ਹਾਂਜੀ ਆਪਾਂ ਚ ਲੜੀ ਜਾਂਦੇ ਜੇ ਹੈ ਆ ਵੇਖੋ ਲੈ ਜਾਓ ਨਾਲ ਪਰਸ ਵਿਖਾਓ ਪਰਸ ਵਿਖਾਓ ਆਪਣਾ ਮੇਕਅਪ ਵਗੈਰਾ ਆਪਾਂ ਡਨ ਕਰਕੇ ਇਹਨਾਂ ਦੇ ਹੁਣ ਆਪਾਂ ਸਾਰੀ ਆਊਟਫਿਟ ਵਗੈਰਾ ਰਿਮੂਵ ਕਰਾ ਲਈ ਆ ਅਤੇ ਇਹਨਾਂ ਨੇ ਹੈਡ ਵਾਸ਼ ਕਰਾਇਆ ਬਟ ਇਹਨਾਂ ਨੇ ਮੇਕਅਪ ਰਿਮੂਵ ਨਹੀਂ ਕੀਤਾ ਕਹਿੰਦੇ ਮੈਂ ਪਾਰਟੀ 'ਤੇ ਜਾਣਾ ਵਾ ਅਤੇ ਮੇਕਅਪ ਬਹੁਤ ਸੋਹਣਾ ਆਇਆ ਅਤੇ ਮੈਂ ਇੱਦਾਂ ਹੀ ਕੈਰੀ ਕਰਕੇ ਲਾ ਕੇ ਜਾਣਾ ਅਤੇ ਭਾਅ ਜੀ ਇਹਨਾਂ ਨੇ ਮੇਕਅਪ ਇਹਨਾਂ ਨੇ ਰਿਮੂਵ ਕੀਤਾ ਕਹਿੰਦੇ ਜੋ ਹੋ ਗਿਆ ਹੋ ਗਿਆ ਸੂਰਜ ਵੀ ਲੱਗੇ ਖੜਾ ਜੇ ਵੇਖ ਲਓ ਠੀਕ ਆ ਅਤੇ ਕੁਛ ਕਹਿਣਾ ਚਾਹੋਗੇ ਅੱਜ ਦਾ ਵਲੋਗ ਇੱਥੇ ਡਨ ਖਤਮ ਕਰਨਾ ਆਪਾਂ ਬਹੁਤ ਸੋਹਣਾ ਲੱਗਾ ਮੇਕਅਪ ਐਂਡ ਮੇਰੀ ਬਹੁਤ ਖੁਆਇਸ਼ ਸੀ ਕਿ ਮੈਂ ਬ੍ਰਾਈਡਲ ਬਣਾ ਅਤੇ ਇਹਨਾਂ ਨੇ ਸੁਪਨਾ ਮੇਰਾ ਸੱਚ ਕੀਤਾ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਰਿਆਨ ਸਟੂਡੀਓ ਵਿਜ਼ਿਟ ਕੀਤਾ ਸੋ ਤੁਸੀਂ ਪਲੀਜ਼ ਵਿਜ਼ਿਟ ਕਰੋ ਅਤੇ ਵਧੀਆ ਵਧੀਆ ਲੁੱਕਸ ਪਾਓ ਅਤੇ ਕਮੈਂਟ ਕਰੋ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਸ ਮੈਂ ਇੰਨਾ ਕਹਿ ਸਕਦੀ ਤੁਸੀਂ ਬੜਾ ਕੁਛ ਬੋਲਦੇ ਹੁੰਦੇ ਹਾਂ ਬੋਲਦੇ ਚੱਲ ਪਲ ਸੋ ਗਾਈਸ ਇਹਨਾਂ ਦੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਡਿਸਕ੍ਰਿਪਸ਼ਨ ਬੋਕਸ 'ਚ ਕਿ ਇਹਨਾਂ ਰੋਜ਼ ਦੀ ਲੁੱਕ ਕਿੱਦਾਂ ਦੀ ਲੱਗੀ ਸੋ ਹੁਣ ਆਪਾਂ ਫਾਈਨਲੀ ਕਰੋ